सर ਅੱਜ ਅਸੀਂ ਤਲਾਣੀਆ ਪਿੰਡ ਵਿਖੇ ਆਏ ਆ ਤੇ ਸਾਰੇ ਸਾਡੇ ਅਫਸਰ ਸਹਿਬਾਨ ਨਾਲ ਨੇ ਸਾਰਾ ਤਲਾਣੀਆ ਦੇ ਸਾਡੇ ਕਿਸਾਨ ਵੀਰ ਜਿਨ੍ਹਾਂ ਨੇ ਆਪਣੇ ਪੁੱਤਾਂ ਵਾਂਗ ਪਾਲੀ ਫਸਲ ਜਿਹੜੀ ਕਿ 32 ਏਕੜ ਦੇ ਕਰੀਬ ਸੀ ਉਹ ਸਾਰੀ ਸੜ ਕੇ ਸਵਾਹ ਹੋ ਗਈ। ਉਹਦੇ ਬਾਬਤ ਅਸੀਂ ਸਾਰੇ ਸਾਡੇ ਕਿਸਾਨ ਵੀਰਾਂ ਨਾਲ ਆਏ ਆ, ਉਹਨਾਂ ਨੇ ਗੱਲਬਾਤ ਸੁਣੀ ਆ ਤੇ ਨਾਲ ਦੀ ਨਾਲ ਤਹਿਸੀਲਦਾਰ ਸਾਹਿਬ ਹਾਜ਼ਰ ਨੇ ਤੇ ਉਹਨਾਂ ਨੇ ਕਿਹਾ ਕਿ 32 ਏਕੜ ਦੀ ਜਿਹੜੀ ਸੀ ਪੂਰਾ ਖਰਾਬੇ ਦਾ ਜਿਹੜੀ ਗਰਦਾਵਰੀ ਕਰ ਦਿੱਤੀ ਅਤੇ ਅਸੀਂ ਜਿਹੜਾ ਇਹ ਕੇਸ ਪੁੱਟ ਅਪ ਕਰਦੇ ਜਿਹੜਾ ਮੁਆਵਜ਼ਾ ਮਿਲੇ। ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਛੇਤੀ ਸਾਡੇ ਕਿਸਾਨ ਵੀਰਾਂ ਨੂੰ ਜੋ ਗਵਰਨਮੈਂਟ ਦੀ ਨੋਰਮ ਸਭ ਦੇ ਮੁਤਾਬਕ ਇਹਨਾਂ ਨੂੰ ਪੈਸਾ ਮਿਲਣਾ ਚਾਹੀਦਾ ਔਰ ਮਿਲੂਗਾ ਵੀ। ਇਹਦਾ ਕਾਰਨ ਕੀ ਲੱਗਣਾ ਜੀ? ਕਾਰਨ ਕੱਲ੍ਹ ਬਹੁਤ ਵੱਡਾ ਹਨੇਰੀ ਝੱਖੜ ਸੀ, ਉਹਦੇ ਨਾਲ ਜਿਹੜੀਆਂ ਵਾਇਰਸ ਨੇ ਇਹ 24 ਘੰਟੇ ਲਾਈਟ ਹੈ ਇਹ ਲਟਕਦੀਆਂ ਸੀ, ਕਿਤੇ ਉੱਥੋਂ ਸਪਾਰਕ ਹੋਇਆ ਅਤੇ ਨਾਲ ਦੀ ਨਾਲ ਸਾਡੇ 32 ਏਕੜ ਜਿਹੜੇ ਕਣਕ ਦੇ ਸਵਾਹ ਹੋਏ ਆ। ਤਾਰਾਂ ਦਾ ਕਰਿਆ ਜੀ ਕੋਈ? ਐਕਸ਼ਨ ਸਾਹਿਬ ਖੜੇ ਨੇ, ਐਕਸ਼ਨ ਸਾਹਿਬ ਨੇ ਦੱਸੋ ਐਕਸ਼ਨ ਸਾਹਿਬ ਦਾ। ਇਹ ਜੀ ਜਿੰਨੀਆਂ ਆਪਣੀਆਂ ਵਾਇਰਸ ਆਈਆਂ ਨੇ ਇਹ 'ਚ ਇੰਟਰਮੀਡੀਏਟ ਪੋਲ ਲੱਗਣੇ ਬਣਦੇ ਨੇ, ਇੰਟਰਮੀਡੀਏਟ ਪੋਲ ਅਸੀਂ ਲਗਾ ਕੇ ਇਹਨਾਂ ਦੀ ਜਿਹੜੀ ਬੜਾ ਮਸਲਾ ਉਹਦਾ ਪਰਮਾਨੈਂਟ ਹੱਲ ਕਰ ਦਿਆਂਗੇ। ਸਾਰੇ ਕਹਿੰਦੇ ਲਗਾਤਾਰ 5 ਸਾਲ ਤੋਂ ਉਰੇ ਫਸਲ ਨੂੰ ਅੱਗ ਲੱਗ ਰਹੀ ਆ ਅਤੇ ਤਾਰਾਂ ਦਾ ਪਹਿਲਾਂ ਹੱਲ ਕਰਨਾ ਚਾਹੀਦਾ ਸੀ ਇਹ। ਦੇਖੋ ਇਹ 5 ਸਾਲ ਤੋਂ ਹੀ ਅੱਗ ਲੱਗ ਰਹੀ ਹੈ ਜੀ, ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਤਾਰਾਂ ਦਾ ਇਨਵੋਲਵਮੈਂਟ ਹੈਗੀ ਹੈ ਤਾਂ ਅਸੀਂ ਉਸ ਟਾਈਮ ਦੇਖਣਾ ਜੀ, ਜੇ ਪਿਛੇ 5 ਸਾਲ ਲੱਗੀ ਆ ਜੀ ਤਾਂ ਉਹਦਾ ਕਾਰਨ ਸ਼ਾਇਦ ਤਾਰਾਂ ਦਾ ਨਾ ਹੋਣ, ਕੋਈ ਹੋਰ ਕਾਰਨ ਹੋ ਸਕਦਾ। ਇਸ ਕਰਕੇ ਇਸੇ ਕਰਕੇ ਕੰਪਨਸ਼ਨ ਦੇ ਵਿੱਚ ਕਦੀ ਨਹੀਂ ਫਾਈਲ ਲੱਗੀ ਇਹਨਾਂ ਦੀ, ਪਰ ਅਸੀਂ ਫਿਰ ਹੁਣ ਇਸ ਵਾਰ ਜਿਹੜੀ ਹੈ ਇਹਦੇ ਜਿਹੜਾ ਬਣਦਾ ਕੰਮਕਾਰ ਉਹ ਕਰਕੇ ਦੇਵਾਂਗੇ ਜੀ। ਜਿੰਨੇ ਇੰਟਰਮੀਡੀਏਟ ਪੋਲ ਲੱਗੇ ਨੇ ਜਿਵੇਂ ਸਾਨੂੰ ਐਮ ਐਲ ਏ ਸਾਹਿਬ ਨੇ ਗਾਈਡ ਕੀਤਾ, ਇਹਨਾਂ ਦੀ ਮੁਤਾਬਕ ਅਸੀਂ ਪੋਲ ਲਗਾ ਕੇ ਜਿਹੜੀਆਂ ਤਾਰਾਂ ਵੱਡੀਆਂ ਕਰਨੀਆਂ ਉਹਨਾਂ ਕਰਕੇ ਦੇਵਾਂਗੇ ਅਤੇ ਨਾਲ ਜਿਹੜੀ ਬਣਦਾ ਕੰਪਨਸੇਸ਼ਨ ਹੈ ਉਹ ਡਿਪਾਰਟਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਇਹਨਾਂ ਨੂੰ ਦਿੱਤਾ ਜਾਊਗਾ ਜੀ ਜਲਦ ਤੋਂ ਜਲਦ।